ਜਲੰਧਰ ਦੇ ਕਾਲਾ ਬੱਕਰਾ ਨੈਸ਼ਨਲ ਹਾਈਵੇ ਤੇ ਸਥਿਤ ਪੈਟਰੋਲ ਪੰਪ ਤੇ ਅੱਜ ਵੱਡਾ ਹਾਦਸਾ ਹੋਣ ਉਸ ਵੇਲੇ ਟਲ ਗਿਆ ਜਦੋਂ ਸੀਐਨਜੀ ਗੈਸ ਭਰਦੇ ਹੋਏ ਅਚਾਨਕ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ। ਇਸ ਮੌਕੇ ਪੈਟਰੋਲ ਪੰਪ ਤੇ ਮੌਜੂਦ ਸੁਰਿੰਦਰ ਲਾਲ ਵੱਲੋਂ ਇਸ ਸੰਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਲੀਕੇਜ ਨੂੰ ਰੋਕਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡਾ ਹਾਦਸਾ ਹੋਣੋਂ ਟਲ ਗਿਆ, ਨਹੀਂ ਤਾਂ ਪੈਟਰੋਲ ਪੰਪ ਤੇ ਇੰਨਾ ਡੀਜ਼ਲ ਤੇ ਪੈਟਰੋਲ ਭਰਿਆ ਹੁੰਦਾ ਹੈ ਕਿ ਕੋਈ ਵੀ ਹਾਦਸਾ ਹੋ ਸਕਦਾ ਸੀ। ਗੈਸ ਦੀ ਗੱਲ ਇਹੋ ਜੀ, ਮੈਂ ਆਪਣਾ ਟੈਂਕ ਟਰੱਕ ਲੈ ਕੇ ਆਇਆ, ਜਿੱਥੇ ਇੱਥੇ ਗੱਡੀ ਲਾਈ ਆਪਣੇ ਅਨਲੋਡਿੰਗ ਪੁਆਇੰਟ ਤੋਂ, ਇਹ ਗੱਡੀ ਖਾਲੀ ਹੋ ਰਹੀ ਸੀ, ਲੱਗਣ ਤੋਂ 10 ਮਿੰਟ ਬਾਅਦ ਇਹਦਾ ਪਾਈਪ ਲੀਕ ਕਰ ਗਿਆ, ਨਿਕਲ ਗਿਆ ਵਿੱਚੋਂ ਬਾਲ ਦੇ ਵਿੱਚੋਂ। ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਦੇ ਅਫਸਰ ਸਾਹਿਬਾਨ ਸਾਡੇ ਕੋਲ ਪਹੁੰਚ ਗਏ ਆ। ਅਤੇ ਕਿੰਨੀ ਦੇਰ ਤੱਕ ਗੈਸ ਲੀਕ ਹੁੰਦੀ ਰਹੀ ਜਿਹੜੀ? ਗੈਸ ਤਕਰੀਬਨ 1.5 ਘੰਟਾ ਲੀਕ ਹੁੰਦੀ ਰਹੀ ਆ। ਅਤੇ ਕਿਹੜਾ ਪੰਪ ਹੈਗਾ ਜੀ, ਕਿਹੜੀ ਜਗ੍ਹਾ ਹੈਗਾ? ਇਹ ਹੈਗਾ ਲਾਜਵੰਤੀ ਪੈਟਰੋਲੀਅਮ ਆ ਜੀ, ਬਿਆਸ ਪਿੰਡ ਆ ਜੀ। ਅਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ, ਕੋਈ ਨੁਕਸਾਨ ਨਹੀਂ ਹੋਇਆ ਸਰ। ਇਹ ਜਿਵੇਂ ਸੀਐਨਜੀ ਗੈਸ ਇਹਨਾਂ ਦੀ ਲੀਕ ਹੋਈ ਹੈ ਇੱਥੇ, ਉਸ ਟਾਈਮ ਸਾਨੂੰ ਇਹਨਾਂ ਨੇ ਜੋ ਕੌਲ ਗਈ ਹੈ ਇੱਥੋਂ, ਸਾਨੂੰ ਫਾਇਰ ਕੌਲ ਇਹਨਾਂ ਨੇ ਕੀਤੀ ਹੈ, ਸਾਨੂੰ ਉਹਦੇ ਮੁਤਾਬਕ ਸਾਨੂੰ ਫਾਇਰ ਸਟੇਸ਼ਨ ਦਾਦਾ ਕਲੋਨੀ ਵਿਖੇ ਪਤਾ ਲੱਗਿਆ ਅਤੇ ਜਲਦੀ ਤੋਂ ਜਲਦੀ ਅਸੀਂ ਉੱਥੋਂ ਗੱਡੀ ਕੱਢ ਕੇ ਇੱਥੇ ਪਹੁੰਚੇ ਹਾਂ। ਸਾਨੂੰ ਉਹਨਾਂ ਦੱਸਿਆ ਕਾਲੇ ਬੱਕ ਦੇ ਕੋਲ HP ਪੈਟਰੋਲ ਪੰਪ ਹੈ ਔਰ ਬਾਹਰ ਖੜ੍ਹੇ ਹਾਂ, ਭਾਵੇਂ ਬਾਹਰ ਖੜ੍ਹੇ ਸੀਗੇ ਔਰ ਆ ਕੇ ਵੇਖਿਆ, ਕਹਿੰਦੇ ਥੋੜ੍ਹਾ ਸਾਡੇ ਕੰਟਰੋਲ ਹੋ ਗਿਆ, ਲੇਕਿਨ ਉਸ ਟਾਈਮ ਗੈਸ ਦਾ ਜਿਹੜਾ ਥੋੜ੍ਹਾ ਰਸਾਵ ਇੱਧਰ ਉੱਧਰ ਹੈਗਾ ਸੀਗਾ ਔਰ ਰਸਾਵ ਹੁੰਦਾ ਕਰਕੇ ਅਸੀਂ ਫਿਰ ਕਾਫੀ ਦੇਰ ਅਸੀਂ ਸੋਚਿਆ ਵੀ 1.5 ਘੰਟਾ ਤੱਕ ਅਸੀਂ ਸੇਫਟੀ ਵਾਸਤੇ ਰੁਕ ਜਾਂਦੇ ਹਾਂ, ਨਾ ਅਸੀਂ ਕਿਸੇ ਪਬਲਿਕ ਨੂੰ ਬਾਹਰੋਂ ਆਉਣ ਦਿੱਤਾ ਇੱਥੇ ਵੀ ਕਿਸੇ ਦਾ ਕੋਈ ਹਾਦਸਾ ਨਾ ਹੋ ਜਾਵੇ, ਅਤੇ ਅਜੇ ਅਸੀਂ ਕੰਟਰੋਲ ਵਾਸਤੇ ਖੜ੍ਹੇ ਹਾਂ, ਹੁਣ ਕੰਟਰੋਲ ਆ, ਹੁਣ ਅਸੀਂ ਚਲੇ ਜਾਣਾ। ਬਸ ਇਹ ਆ ਵੀ ਮੌਕੇ 'ਤੇ ਪਹੁੰਚ ਗਏ ਅਸੀਂ, ਇਹਨਾਂ ਨੇ ਟਾਈਮ ਦੇ ਨਾਲ ਸਾਨੂੰ ਫਾਇਰ ਕੌਲ ਕਰਤੀ, ਅਸੀਂ ਜਲਦੀ ਤੋਂ ਜਲਦੀ ਐਕਸ਼ਨ ਕਰਕੇ CNG ਗੈਸ ਦਾ ਕਰਕੇ, ਕੋਈ ਵੱਡਾ ਹਾਦਸਾ ਨਾ ਹੋ ਜਾਵੇ, ਕਿਉਂਕਿ ਇਹ ਇੱਕ ਕਾਰਨ ਜਿਸ ਕਰਕੇ ਪੂਰਾ ਪੈਟਰੋਲ ਪੰਪ ਬਰਬਾਦ ਹੋ ਸਕਦਾ ਸੀ। ਪੈਟਰੋਲ ਆ ਇੱਥੇ, ਡੀਜ਼ਲ ਆ, ਸਭ ਤੋਂ ਵੱਡਾ ਇੱਕ ਵਿਸਫੋਟ ਹੋ ਸਕਦਾ ਸੀ, ਜਿਹਦਾ ਮਤਲਬ ਕਿ ਆਉਣ ਵਾਲੇ ਸਮੇਂ 'ਤੇ ਬਹੁਤ ਵੱਡਾ ਨੁਕਸਾਨ ਸੀ ਇਹਨਾਂ ਚੀਜ਼ਾਂ ਦਾ। ਚਲੋ ਇਹਨਾਂ ਦਾ ਕਾਫੀ ਰੱਖ ਰਖਾਵ ਤਾਂ ਵੇਖਣ ਦੇ ਵਿੱਚ ਆਇਆ ਵਧੀਆ, ਔਰ ਹੋਣਾ ਵੀ ਚਾਹੀਦਾ, ਜਿੱਦਾਂ ਇਹਨਾਂ ਦੇ ਸਿਲੰਡਰ ਅਸੀਂ ਚੈੱਕ ਕੀਤੇ ਆ ਕੇ, ਸਾਰਾ ਸਮਾਨ ਚੈੱਕ ਕੀਤਾ, ਰੱਖ ਰਖਾਵ ਇਹਨਾਂ ਦਾ ਬਹੁਤ ਵਧੀਆ ਪਾਇਆ ਗਿਆ ਔਰ ਕੰਟਰੋਲ ਵੀ ਕਰ ਲਿਆ ਇਹਨਾਂ ਮੌਕੇ ਦੇ ਉੱਤੇ। ਇਹ ਵੀ ਇਹਨਾਂ ਦਾ ਜਿਹੜਾ ਸਟਾਫ ਦਾ ਬਹੁਤ ਵਧੀਆ ਤਾਲਮੇਲ ਵੇਖਿਆ ਗਿਆ, ਔਰ ਡਰਾਈਵਰ ਸਾਹਿਬ ਨੇ ਜੋ ਭਾਈ ਸਾਹਿਬ ਨੇ ਜੋ ਤੁਹਾਨੂੰ ਉਹਨਾਂ ਨੇ ਦੱਸਿਆ ਉਹ ਬਹੁਤ ਹੀ ਵਧੀਆ, ਉਹ ਆਪ ਵੀ ਇਹ ਜਿਹੜਾ ਮਹਿਕਮੇ ਦੇ ਨਾਲ ਕਾਫੀ ਸੰਬੰਧਿਤ ਨੇ, ਉਹ CNG ਗੈਸ ਵਗੈਰਾ ਬਾਰੇ ਜਾਣਦੇ ਵੀ ਨੇ, ਉਹਨਾਂ ਨੇ ਵੀ ਕਾਫੀ ਨਾਲ ਮਿਲ ਕੇ ਕੰਟਰੋਲ ਕਰ ਲਿਆ ਜੀ। ਜਿੱਦਾਂ ਇਹਨਾਂ ਦੇ ਪੰਪ ਦੇ ਫਾਇਰ ਸਿਲੰਡਰ ਹੈਗੇ ਚੱਲਦੇ ਪਏ, ਇਹ ਚੈੱਕ ਕੀਤੇ ਚੱਲਦੇ ਪਏ ਆ। ਜਲੰਧਰ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ, ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ, ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।